ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ, ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਜਨਾਬ ਮੈਂ ਵੀਰਾਂ ਵਾਸਤੇ ਰੋਜ਼ ਕੋਸ਼ਿਸ਼ ਕਰਦਾ ਅੱਛੇ ਤੇ ਖੂਬਸੂਰਤ ਜਾਨਵਰ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਜਨਾਬ ਰੋਜ਼ ਦੀ ਨਿਸਬਤ ਅੱਜ ਜਨਾਬ ਦੋਸਤਾਂ ਵਾਸਤੇ ਦੋ ਸਜਗੇ ਸੁਗੀਆਂ ਵੈਡਿੰਗ ਵੀਡੀਓ ਲੈ ਕੇ ਹਾਜ਼ਰ ਹੋਏ। ਉਮੀਦ ਕਰਾਂਗੇ ਹਰ ਰੋਜ਼ ਦਾ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਨਾਬ ਦੇ ਕਰਾਈ ਤਸੱਲੀ, ਸਭ ਤੋਂ ਪਹਿਲਾਂ ਸਾਡੇ ਚੈਨਲ ਕਰਨਾ ਸਬਸਕ੍ਰਾਈਬ, ਬੈਲ ਆਈਕਨ ਕਰਨਾ ਪ੍ਰੈਸ, ਤਾਂ ਕਿ ਸਾਡੇ ਹੋਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਜਨਾਬ ਮਿਲਦਾ ਰਹੇ ਵੀਰਾਂ ਨੂੰ ਤੇ ਵੀਰ ਵੇਖਦੇ ਰਹਿਣ। ਸਭ ਤੋਂ ਪਹਿਲਾਂ ਅੱਜ ਜਨਾਬ ਦੋ ਸਜਗੀਆਂ ਸੁਗੀਆਂ ਵੈਡੀਆਂ ਨੇ, ਕੀਮਤਾਂ ਵੀ ਬੜੀਆਂ ਮਕੂਲ ਤੇ ਮੁਨਾਸਬ ਜਿਹਾ ਕਰਾਂਗੇ। ਲਵੇ ਜਾਨਵਰ ਨੇ ਦੋਵੇਂ, ਤੁਹਾਨੂੰ ਜਾਨਵਰ ਤਸੱਲੀ ਨਾਲ ਵਿਖਾਵਾਂਗੇ, ਉਸ ਤੋਂ ਬਾਅਦ ਜਨਾਬ ਡਿਟੇਲ ਜਿਹੜੀ ਮਾਰਕਾ ਤੁਲਾਵਾਂਗੇ। ਜਾਨਵਰ ਨੰਬਰ ਇੱਕ ਤੁਸੀਂ ਵੇਖਣਾ, ਇਹ ਜਨਾਬ ਤੁਸੀਂ ਜਾਨਵਰ ਵੇਖਣੇ, ਇਹ ਜਨਾਬ ਜਾਨਵਰ ਨੰਬਰ ਇੱਕ ਦੇ ਸਿਰ ਓਰੀਜਨਲ ਮੋਨੀ, ਮਾਸ਼ਾਅੱਲਾ ਪ੍ਰਿੰਟ ਮੇਰੇ ਵੀਰਾਂ ਦੋਸਤਾਂ ਸਾਹਮਣੇ ਆ। ਕੋਈ ਚੀਜ਼ ਵੀ ਜਨਾਬ ਤੁਹਾਡੇ ਤੋਂ ਉਜੜ ਨਹੀਂ, ਅੱਲਾ ਦੇ ਫਜ਼ਲ ਨਾਲ ਹਮੇਸ਼ਾ ਤੁਹਾਡੇ ਵੀਰ ਨੇ ਅੱਛੇ ਤੇ ਮਿਆਰੀ ਜਾਨਵਰ ਹੀ ਵਿਖਾਏ ਨੇ। ਅੱਜ ਫਿਰ ਜਨਾਬ ਬ੍ਰਾਂਡ ਵੀਰਾਂ ਵਾਸਤੇ ਚੁਲਸਤਾਨ ਤੇ ਫ੍ਰੀਜ਼ਨ ਵਿਚਕਾਰ ਸਿਰ ਓਰੀਜਨਲ ਮੋਨੀ ਜਨਾਬ ਚੱਪਾ ਚੱਪਾ ਕੰਨ, ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ। ਫਿਜ਼ੀਕਲੀ ਫਿਟਨੈਸ ਵੀ ਵੈਡਨ ਚੈੱਕ ਕਰਨੀ ਤੁਹਾਨੂੰ। ਇਹ ਵੇਖੋ ਜਨਾਬ, ਮਾਸ਼ਾਅੱਲਾ ਦੋਵੇਂ ਜਨਾਬ ਅਨਮੋਲ ਹੀਰੇ ਅੱਜ ਦਿਨਤ ਬਣੇ ਨੇ ਜਨਾਬ ਮੇਰਾ ਸਾਹੀਵਾਲ ਟੀਵੀ ਤੇ। ਇੱਕ ਨੇ ਜਨਾਬ ਪਹਿਲਾ ਵਾਰ ਡਿਲੀਵਰ ਕੀਤਾ, ਦੋਵੇਂ ਜਨਾਬ ਪਹਿਲਾਂ ਜੇ ਮਾਸ਼ਾਅੱਲਾ ਕਾਹ ਜਨਾਬ ਜਾਨਵਰਾਂ ਦੇ ਪੂਰੇ ਨੇ, ਪ੍ਰਿੰਟ ਜਨਾਬ ਲਾਜਵਾਬ, ਜਿਹੜੇ ਜਨਾਬ ਇਹ ਡੱਬੇ ਰੰਗ ਵਿੱਚ ਨੇ, ਜਿਹੜੇ ਜਨਾਬ ਵੀਰ ਦੋਸਤ ਜਿਹੜੇ ਡੱਬੇ ਰੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਆਲ ਰਾਊਂਡਰ ਜਾਨਵਰ ਦੇ ਮਤਲਬ ਮੈਦਾਨੀ ਇਲਾਕੇ ਜਿਵੇਂ ਗਰਮੀ ਜ਼ਿਆਦਾ ਆਉਂਦੀ ਹੈ ਅਤੇ ਇਹ ਜਨਾਬ ਗਰਮੀ ਨੂੰ ਫੇਸ ਕਰਨਗੇ ਅੱਲਾ ਦੇ ਫਜ਼ਲ ਨਾਲ। ਬੜੇ ਅਨਮੋਲ ਹੀਰੇ ਨੇ ਦੋਵੇਂ ਜਨਾਬ, ਸੱਜਣਾ ਸੁਈਆਂ ਦੋਵਾਂ ਮਗਰ ਬੱਛੀਆਂ। ਜਾਨਵਰ ਨੰਬਰ ਇੱਕ ਹੈ ਜੀ ਕਾਲਾ ਥਣ ਲੱਗਿਆ ਪਾਵਰ ਵਾਲਾ, ਜਾਨਵਰ ਨੰਬਰ ਦੋ ਡੱਬੇ ਰੰਗ ਵਿੱਚ ਜਾਣਦੇ ਜਾਣਦੇ ਉੱਥੇ ਜਾਂਦੇ ਥੱਲੇ ਲੈ ਕੇ। ਇਹ ਜਨਾਬ ਥਣ ਵੇਖੋ ਮੁੱਠ ਪਰ ਜਨਾਬ ਥਣ, ਜਿਹਨੂੰ ਰੁਕ 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 ਦਾ ਕਿਦਾਂ ਪਿੱਛੇ ਜਨਾਬ ਇਹਦੇ ਵੱਛਾ ਜੇ ਪਹਿਲਾ ਵਾਰ ਇਹਨੇ ਡਿਲੀਵਰ ਕੀਤਾ, ਬਾਕੀ ਸਭ ਜੇ ਡਿਟੇਲ ਆਪਾਂ ਲਵਾਂਗੇ ਮਾਲਕਾਂ ਤੋਂ। ਵਾਨਾ ਜਨਾਬ ਸੱਲੀ ਨਾਲ ਤੁਹਾਨੂੰ ਵਿਖਾ ਰਹੇ ਹਾਂ, ਵੇਖੋ ਜਨਾਬ ਫਾੜੀਆਂ ਵਾਲਾ ਵਾਨਾ ਜੀ ਵੀਰਾਂ ਦੋਸਤਾਂ ਦੇ ਸਾਹਮਣੇ। ਕੋਈ ਚੀਜ਼ ਜਨਾਬ ਤੁਹਾਡੇ ਤੋਂ ਉਜਲ ਨਹੀਂ, ਮੁੱਠ ਭਰ ਥਣ, ਰੋਗ ਰੋਗ ਦਾ ਜਨਾਬ ਜਿਹਨੂੰ ਆਖੀਦਾ, ਇਹ ਹੁੰਦਾ ਜੇ ਰੋਗ ਰੋਗ ਦਾ ਥਣ ਤੇ ਪਾਵਰ ਵਾਲਾ ਥਣ। ਕੁਆਲਿਟੀਆਂ ਜਨਾਬ ਜਾਨਵਰ ਦੀਆਂ ਪੂਰੀਆਂ, ਬਾਕੀ ਜਨਾਬ ਡਿਟੇਲ ਜਿਹੜੀ ਵੀ ਇਹਦੀ ਹਿਸਟਰੀ ਉਹ ਲਵਾਂਗੇ ਮਾਲਕ ਤੋਂ। ਜਾਨਵਰ ਨੰਬਰ ਦੋ ਇਹਦਾ ਪੱਛਾ ਕਿਹੜਾ ਪਹਿਲੇ ਦਾ? ਇਹ ਜਨਾਬ ਇਹਦੇ ਪਿੱਛੇ ਪੱਛਾ ਜੇ, ਇਹ ਤਸੱਲੀ ਕਰ ਲਓ ਜਨਾਬ, ਬਾਕੀ ਕੋਈ ਦੱਸਣ ਦੀ ਲੋੜ ਨਹੀਂ। ਵੀਰ ਬੜੇ ਸਮਝਦਾਰ ਨੇ, ਕਿੰਨੇ ਦਿਨਾਂ ਦੀ ਸੂਈ ਹੈ। ਇਹ ਜਾਨਵਰ ਨੰਬਰ ਦੋ ਪਹਿਲਾ ਵਾਰ ਜਨਾਬ ਇਹਨੇ ਡਿਲੀਵਰ ਕੀਤਾ, ਕਦ ਕਾਲ ਜਨਾਬ ਤੁਹਾਡੇ ਸਾਹਮਣੇ ਬੜਾ ਅਸੀਲ ਸ਼ਰੀਫ ਜਾਨਵਰ ਜਨਾਬ, ਜਨਾਬ ਐਡਾ ਅਸੀਲ ਜਾਨਵਰ ਪਹਿਲੇ ਨਾ ਹੋ ਗਏ ਤੇ ਐਡੀਆਂ ਅਸੀਲ ਬਹੁਤ ਜਨਾਬ ਕੰਮ ਹੁੰਦੇ ਨੇ ਬੱਚੇ ਥੱਲੇ ਬੈਠਣ। ਇਹ ਵੇਖੋ ਜਨਾਬ, ਇਹ ਹਮਦੀ ਘਰੇਲੂ ਬੈਡ ਆ, ਮਾਸ਼ਾਅੱਲਾ ਆਊਟ ਕਲਾਸ ਪੀਸ ਜਨਾਬ ਵੀਰਾਂ ਵਾਸਤੇ। ਇਹਨੇ ਜਨਾਬ ਪਹਿਲਾ ਵਾਰ ਡਿਲੀਵਰ ਕੀਤਾ, ਮੂੰਹ ਕਿਵੇਂ ਜਨਾਬ? ਬਾਈ ਦੋ ਦੰਦ, ਇਹ ਵੇਖੋ ਗੱਲਾਂ ਨਾਲ ਨਹੀਂ, ਸਾਡਾ ਕੰਮ ਜਨਾਬ ਕਰਾਉਣਾ, ਥੱਲੀਆਂ ਲੈਣੇ ਦੇ ਨੇ ਜਨਾਬ ਨਸੀਬ ਹੁੰਦੇ ਜੀ। ਇਹਦੇ ਪਿੱਛੇ ਵੱਛਾ, ਇਹ ਜਨਾਬ ਇਹਦੇ ਪਿੱਛੇ ਵੱਛਾ ਜੇ, ਦੋਵਾਂ ਪਿੱਛੇ ਵੱਛਾ ਦੋਵੇਂ ਪਹਿਲਣਾ। ਬਾਕੀ ਹੁਣ ਆਪਾਂ ਗੱਲਾਂ ਬਾਤਾਂ ਸਾਰੀਆਂ ਜਿਹੜੀਆਂ ਮਾਲਕਾਂ ਨਾਲ ਕਰਦੇ ਹਾਂ। ਜੱਟ ਸਾਹਿਬ ਆਓ ਸਾਹਮਣੇ ਜਾਓ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਅੱਜ ਕੀ ਹਾਲ ਨੇ? ਠੀਕ ਹੋ? ਅਜ਼ਾਨ ਆਦਮੀ ਬ੍ਰੇਕ ਲਾ ਲਓ ਜਨਾਬ, ਅਜ਼ਾਨ ਹੋ ਰਹੀ ਸੀ ਤੇ ਬ੍ਰੇਕ ਲਈ ਸੀ। ਜੱਟ ਸਾਹਿਬ ਇਹ ਦੱਸੋ, ਜਿਹੜਾ ਜਨਮ ਨੰਬਰ ਆਪਣੇ ਇੱਕ ਹੈ ਜਿਹੜਾ ਵੀਡੀਓ ਤੋਂ ਬਿਠਾਇਆ, ਪਹਿਲੇ ਨਾਲ ਦੂਜਾ? ਪਹਿਲੇ ਨਾਲ, ਦੂਸਰੇ ਨੰਬਰ ਵਾਲੀ ਪਹਿਲੇ ਨਾਲ। ਤੇ ਵਪਾਰੀਆਂ ਕੋਲ ਦੂਜੇ ਨੂੰ ਕਿਉਂ ਨਹੀਂ ਆਦੀ? ਤੀਜੇ ਨਹੀਂ ਆ, ਸਾਰੀਆਂ ਮਰ ਗਈਆਂ, ਪਹਿਲਾਂ ਦੂਜੀਆਂ ਹੀ ਹੁੰਦੀਆਂ। ਝੂਠ ਮਾਰਦੇ ਨੇ ਸਾਰੇ, ਆਪਾਂ ਹੀ ਸੱਚ ਬੋਲਦੇ ਹਾਂ। ਠੀਕ ਹੋ ਗਿਆ ਜੀ। ਇਹ ਦੁੱਧ ਕਿੰਨਾ ਦਿੰਦੇ ਵੀ ਇਸ ਟਾਈਮ? ਇਹਦਾ ਜਿਹੜਾ ਨਾ ਦੁੱਧ ਹੈਗਾ ਪੱਕਾ, ਜਿਹੜਾ ਨਾ 5 ਕਿਲੋ ਦੁੱਧ ਗਰੰਟੀ ਨਾਲ, ਗਰੰਟੀ ਨਾਲ ਦੋ ਟਾਈਮ ਤਿੰਨ ਟਾਈਮ ਕੁਝ ਹੋਵੇ ਚੋਵੇ ਤਸੱਲੀ। ਆਪਾਂ ਗੱਲ ਕਰਨੀ ਹੈ ਉਹ ਜਿੰਦਾ ਪੂਰੀ ਲੈ ਲਈ, ਅੱਗੇ ਆਪਾਂ ਗੱਲ ਕਰੀ ਦੀ ਪੂਰੀ ਨਹੀਂ ਕਰਾਈ। ਗਰੰਟੀ ਆਪਣੀ,
ਗਾਰੰਟੀ ਜਿੰਨੇ ਦਿਨ ਟਾਈਮ ਤੇ ਮਰਜ਼ੀ ਚੋ ਯਾਰ ਉਹਦਾ ਆਇਆ ਵੀ 5 ਦਿਨ ਰਹਿ ਕੇ ਤਸੱਲੀ ਹੋਵੇ ਨਾ ਆਪਾਂ ਤਾਂ ਵੀ ਤਸੱਲੀ ਕਰਾਂਗੇ ਪਿੱਛੇ ਬੱਚਾ ਪਿੱਛੇ ਬੱਚਾ ਹਰ ਸ਼ਾਇਦ ਜਦੋਂ ਸੂਈ ਖਲੋਤੀ ਉਹਨੂੰ ਚੋ ਲੈਣਾ ਆਪਾਂ ਦੋ ਦਿਨ ਸੇਵ ਦਾ ਮੁੱਲ ਦੱਸ ਮੁੱਲ ਲੈਂਦਾ ਹੈਗਾ 4,05,000 ਦਾ 4,05,000 ਦਾ ਜਾਨਵਰ ਨੰਬਰ 2 12 12 ਦਾ ਵੀ ਪਹਿਲਾ ਹੈ ਤੇ ਮੂੰਹ ਦੋਂਦੀ ਦੁੱਧ ਕਿੰਨਾ ਦੁੱਧ ਆਉਂਦਾ ਹੈਗਾ 18 ਕਿਲੋ ਪਿੱਛੇ ਬੱਚਾ ਪਿੱਛੇ ਬੱਚਾ ਮੁੱਲ 3.5 ਲੱਖ ਫਾਈਨਲ 3.5 ਲੱਖ ਫਾਈਨਲ ਇਹ ਜੋੜਾ ਕੋਈ ਲੈਣਾ ਚਾਹੇ ਕੀ ਪਿਆਰ ਮੁਹੱਬਤ ਦੋਵਾਂ ਚੋਂ 7.5 ਲੱਖ 7.5 ਲੱਖ ਫਾਈਨਲ ਫਾਈਨਲ ਕੋਈ ਲਾੜ ਪਿਆਰ ਹੋ ਜਾਏ ਬੰਦਾ ਮੌਕੇ ਤੇ ਆ ਮਾਰਾ ਮੋਟਾ ਹੋਵੇ ਤੇ ਦਾਦਾ ਉਹਨੇ ਵੀ ਹੋ ਜਾਏਗਾ ਮੈਂ ਤਾਂ 19 ਕੀ ਨਹੀਂ ਹੁੰਦਾ ਨਹੀਂ ਠੀਕ ਹੋ ਗਿਆ ਡਿਮਾਂਡ ਤੁਸੀਂ ਸਾਰੇ ਨੰਬਰ ਲਿਖਾ ਦਿਓ 0341 47 37 336 0341 47 37 336 ਇਹ ਸਿਰਫ ਇਹਦਾ ਕਾਲ ਨੰਬਰ ਜੇ ਵਟਸਐਪ ਨੰਬਰ ਨਹੀਂ ਸਾਡਾ ਰਾਬਤਾ ਨੰਬਰ ਨੋਟ ਕਰੋ 0322 7788633 ਇਹ ਰਾਬਤਾ ਨੰਬਰ ਹੈ ਇਹ ਸਾਡਾ ਵਟਸਐਪ ਨੰਬਰ ਤੇ ਜਨਾਬ ਤੁਸੀਂ ਇਹਨਾਂ ਰਾਬਤਾ ਕਰ ਸਕਦੇ ਇਹ ਜਾਨਵਰ ਨੰਬਰ 1 ਜੇ ਇਹਦੀ ਕੀ ਡਿਮਾਂਡ ਦੱਸਿਓ 4.5 4,05,000 ਦਾ ਡਿਮਾਂਡ ਇਹਦੀ ਜੇ ਜਾਨਵਰ ਨੰਬਰ 1 ਦੀ ਜਾਨਵਰ ਨੰਬਰ 2 ਦੀ 3.5 ਇਹਨੂੰ ਦੱਸੀ 3.5 ਡਿਮਾਂਡ ਇਹਦੀ ਜੀ